ਵੋਟਾਂ ਨਿਭੜ ਗਈਆਂ ਨੇ ਪੰਜਾਬ ਦੀਆਂ ਤੇ ਹੁਣ 10 ਮਾਰਚ ਨੂੰ ਨਤੀਜੇ ਆਉਣਗੇ ਉਦੋਂ ਤੱਕ ਫੇਰ ਸਾਰੇ ਤੱਤੇ ਹੋ ਜਾਣਗੇ ਅਸਲੀ ਤਸਵੀਰ 10 ਮਾਰਚ ਨੂੰ ਸਾਹਮਣੇ ਆਊਗੀ ਤੇ ਹੁਣ ਵੋਟਾਂ ਤੋਂ ਬਾਅਦ ਲੋਕ ਤੇ ਲੀਡਰ ਕੀ ਕਰ ਰਹੇ ਨੇ ਕੀ ਗੱਲਾਂ ਬਾਤਾਂ ਹੋ ਰਹੀਆਂ ਨੇ ਖੁੰਡ ਚਰਚਾ ਕੀ ਹੋ ਰਹੀ ਹੈ ਇਸ ਤੇ ਹੀ ਆਪਾਂ ਗੱਲ ਕਰਾਂਗੇ ਕਿਹਦੀ ਸਰਕਾਰ ਬਣੂਗੀ ਹੁਣ ਸਿਰਫ ਤੇ ਸਿਰਫ ਇਸੇ ਗੱਲ ਤੇ ਹੀ ਚਰਚਾ ਚੱਲ ਰਹੀ ਹੈ ਅਸਲ ਦੇ ਵਿੱਚ ਹੁਣ ਸਾਰੇ ਲਾਈਟ ਮੋਡ ਦੇ ਵਿੱਚ ਆ ਗਏ ਨੇ ਜਾਂ ਕਹਿ ਸਕਦੇ ਆ ਕਿ ਰਿਲੈਕਸ ਹੋ ਰਹੇ ਨੇ ਸਾਰੇ ਆਰਾਮ ਕਰਤਾ ਰਹੇ ਨੇ ਪਰ ਆਰਾਮ ਮਿਲ ਨਹੀਂ ਰਿਹਾ ਅੰਦਰ ਇੱਕ ਅਜੀਬ ਉਬੜਾ ਚੁਬੜੀ ਜੀ ਲੱਗੀ ਹੋਈ ਹੈ ਸਭ ਦੇ ਅੰਦਰ ਕਿ ਕੀ ਬਣੂਗਾ 10 ਮਾਰਚ ਨੂੰ ਕਿਹਦੀ ਸਰਕਾਰ ਬਣੂ ਪੱਤਰਕਾਰ ਵੀ ਖਬਰਾਂ ਲੈਂਦੇ ਫਿਰਦੇ ਨੇ ਭਾਵੇਂ ਡਿਊਟੀ ਦੇ ਵਿੱਚ ਥੋੜੀ ਜੀ ਢਿੱਲ ਆ ਗਈ ਹੈ ਪਰ ਫਿਰ ਵੀ ਪੱਤਰਕਾਰਾਂ ਨੂੰ ਹੁੰਦਾ ਹੈ ਕਿ ਕਿਤੇ ਨਾ ਕਿਤੇ ਕੋਈ ਨਾ ਕੋਈ ਖਬਰ ਦਾ ਖੁਰਾਕੋਜ ਕੱਢ ਹੀ ਲਿਆਏਗੀ ਅੱਜ ਵੀ ਲੀਡਰਾਂ ਦੇ ਘਰੇ ਤੁਰੇ ਫਿਰਦੇ ਨੇ ਪੁੱਛਦੇ ਨੇ ਕਿ ਤੁਸੀਂ ਕੀ ਕਰ ਰਹੇ ਹੋ ਪਰਿਵਾਰ ਨਾਲ ਬੈਠੇ ਹੋ ਹਜੇ ਲੀਡਰਾਂ ਦਾ ਖਿਹੜਾ 20 ਮਾਰਚ ਤੱਕ ਨਹੀਂ ਛੁੱਟਣ ਵਾਲਾ ਉਸ ਤੋਂ ਬਾਅਦ ਨਵੀਂ ਸਰਕਾਰ ਜਿਹੜੀ ਬਣੂਗੀ ਉਹਦੇ ਆਲੇ ਦੁਆਲੇ ਫਿਰ ਪੱਤਰਕਾਰਾਂ ਨੇ ਹੋ ਜਾਣਾ ਪੱਤਰਕਾਰ ਭੱਜੇ ਤਾਂ ਫਿਰਦੇ ਨੇ ਪਰ ਖਬਰ ਕੋਈ ਧਿਆ ਨਹੀਂ ਰਹੀ ਬਸ ਹੁਣ ਗੱਲਾਂ ਦਾ ਹੀ ਚਸਕਾ ਹੈ ਵੋਟਾਂ ਦੀਆਂ ਗੱਲਾਂ ਕੋਈ ਪਿਛਲੇ ਦਿਨਾਂ ਨੂੰ ਯਾਦ ਕਰ ਰਿਹਾ ਹੈ ਕੋਈ ਪਿਛਲੀ ਗੱਲ ਨੂੰ ਯਾਦ ਕਰ ਰਿਹਾ ਹੈ ਕਿ ਉਸ ਦਿਨ ਚੋਣ ਪ੍ਰਚਾਰ ਵੇਲੇ ਆ ਹੋਇਆ ਸੀ ਇਹਨੇ ਆ ਕਿਹਾ ਸੀ ਉਹਨੇ ਉਹ ਕਿਹਾ ਸੀ ਉਹਦੀ ਗੱਲ ਤੇ ਮੈਨੂੰ ਗੁੱਸਾ ਆ ਗਿਆ ਸੀ ਮੈਂ ਬਿਨਾਂ ਮਤਲਬ ਹੀ ਉਹਦੇ ਨਾਲ ਗੁੱਸੇ ਹੋ ਗਿਆ ਉਮੀਦਵਾਰ ਨੇ ਜਿਹੜੇ ਉਹ ਯਾਦ ਕਰਕੇ ਜਿਹੜਾ ਉਹ ਉਹਨਾਂ ਪਲਾਂ ਨੂੰ ਜਦੋਂ ਲੋਕ ਉਹਨਾਂ ਨੂੰ ਪਲਕਾਂ ਤੇ ਬਿਠਾ ਰਹੇ ਸੀ ਜਦੋਂ ਪ੍ਰਚਾਰ ਕਰਨ ਜਾ ਰਹੇ ਸੀ ਲੋਕਾਂ ਮੂਰੇ ਹੱਥ ਬਨ ਰਹੇ ਸੀ ਤਾਂ ਲੋਕ ਕੀ ਕਹਿ ਰਹੇ ਸੀ ਕਿਵੇਂ ਉਹਨਾਂ ਦੇ ਜਿਹੜੇ ਕਈ ਚਾਉਣ ਵਾਲੇ ਲੋਕ ਹੁੰਦੇ ਨੇ ਉਹ ਕਿਵੇਂ ਉਹਨਾਂ ਦੇ ਨਾਲ ਤਸਵੀਰਾਂ ਖਿਚਾ ਰਹੇ ਸੀ ਉਸ ਮਾਹੌਲ ਨੂੰ ਉਮੀਦਵਾਰ ਵੀ ਯਾਦ ਕਰ ਰਹੇ ਹੋਣਗੇ ਤੇ ਲੀਡਰ ਜਿਹੜੇ ਲੋਕਾਂ ਦੇ ਮੂਰੇ ਹੱਥ ਜੋੜ-ਜੋੜ ਕੇ ਥੱਕ ਗਏ ਸੀ ਉਹਨਾਂ ਦੇ ਵਿੱਚੋਂ ਕਈ ਤਾਂ ਹੁਣ ਹੱਥਾਂ ਬਾਹਾਂ ਦੀਆਂ ਅਕਸ਼ਾਂ ਵੀ ਕਰਵਾ ਰਹੇ ਹੋਣਗੇ ਤੇ ਜਿਹੜੇ ਝੂਠੀਆਂ ਮੁਸਕਾਨਾਂ ਦੇ ਦੇ ਕੇ ਥੱਕ ਗਏ ਸੀ ਉਹ ਹੁਣ ਆਪਣੇ ਮਖਮਲੀ ਗੱਦਿਆਂ ਤੇ ਫੋਨ ਘੁਮਾਰੇ ਨੇ ਆਮ ਲੋਕਾਂ ਨੂੰ ਆਪਣੇ ਵਰਕਰਾਂ ਨੂੰ ਆਪਣੇ ਲੀਡਰ ਸਾਥੀਆਂ ਨੂੰ ਕਿ ਕਿਹੜੀ ਸੀਟ ਦਾ ਕੀ ਬਣਦਾ ਪਰ ਹੁਣ ਤਾਂ ਜਿੰਨੇ ਮਰਜ਼ੀ ਆ ਪੱਟੇਵੇ ਲਾਈ ਜਾਈਏ ਵੋਟਾਂ ਨੇ ਜਿਹੜੀਆਂ ਉਹ ਡੱਬਿਆਂ ਦੇ ਵਿੱਚ ਬੰਦ ਹੋ ਚੁੱਕੀਆਂ ਨੇ ਮਸ਼ੀਨਾਂ ਚ ਬੰਦ ਹੋ ਚੁੱਕੀਆਂ ਨੇ 10 ਤਰੀਕ ਨੂੰ ਦਰਸ਼ਨ ਦੇਣਗੀਆਂ ਜਾਂ ਇਹ ਵੀ ਕਹਿ ਸਕਦੇ ਆ ਕਿ ਸਾਰੇ ਉਮੀਦਵਾਰਾਂ ਨੂੰ ਸ਼ਗਨ ਪੈ ਚੁੱਕਿਆ ਹੈ ਤੇ ਨੋਟਾਂ ਵਾਲੇ ਲਿਫਾਫੇ 10 ਮਾਰਚ ਨੂੰ ਖੁੱਲਣਗੇ ਗਿਣੇ ਜਾਣਗੇ ਤੇ ਕਈ ਆਮ ਲੋਕ ਹੁੰਦੇ ਨੇ ਪਿੰਡਾਂ ਦੇ ਵਿੱਚ ਬੜੇ ਵੱਖੋ ਵੱਖਰੇ ਕੈਰੈਕਟਰ ਹੁੰਦੇ ਨੇ ਤੇ ਇੱਕ ਕੈਰੈਕਟਰ ਹੈ ਜਿਹੜਾ ਉਹ ਹਰੇਕ ਪਿੰਡ ਦੇ ਵਿੱਚ ਮਿਲ ਜਾਂਦਾ ਭੋਲਾ ਕੈਰੈਕਟਰ ਹੁੰਦਾ ਜਿਹੜਾ ਹਰ ਪਿੰਡ ਦੇ ਵਿੱਚ ਹਰੇਕ ਪਾਰਟੀ ਦੇ ਕੱਠ ਵਿੱਚ ਇਹ ਬੰਦੇ ਜਾਂਦੇ ਨੇ ਹਰੇਕ ਪਾਰਟੀ ਦਾ ਇਹ ਝੰਡਾ ਵੀ ਫੜ ਲੈਂਦੇ ਨੇ ਹਰ ਪਾਰਟੀ ਦੇ ਨਾਰੇ ਵੀ ਲਾਉਣ ਲੱਗ ਜਾਂਦੇ ਨੇ ਹਰੇਕ ਨੂੰ ਹੌਸਲਾ ਵੀ ਦੇ ਦਿੰਦੇ ਨੇ ਕਿ ਵੋਟ ਤੈਨੂੰ ਹੀ ਪਾਵਾਂਗੇ ਤੇਰੇ ਨਾਲ ਡਟ ਕੇ ਖੜਿਆ ਜਿਹੜਾ ਜੇਬ ਦੇ ਵਿੱਚ 4 6 ਛਿੱਲੜ ਪਾ ਜਾਂਦਾ ਉਹਨਾਂ ਦੇ ਨਾਰੇ ਲਾਲਾ ਕੇ ਕਮਲੇ ਹੋ ਜਾਂਦੇ ਨੇ ਤੇ ਐਵੇਂ ਹੀ ਆਪਦਾ ਗਲਾ ਬਿਠਾ ਲੈਂਦੇ ਨੇ ਤੇ ਇੱਕ ਹੋਰ ਕਰੈਕਟਰ ਹੁੰਦਾ ਜਿਹਨੂੰ ਮੀਸਨਾ ਕਹਿੰਦੇ ਨੇ ਉਹ ਹਰੇਕ ਸੱਤ ਵਿੱਚ ਜਾਂਦਾ ਹਰੇਕ ਦੇ ਘਰੇ ਵੀ ਚਲਾ ਜਾਂਦਾ ਕੌਣ ਕਿੱਥੇ ਕੀ ਗੱਲਾਂ ਕਰ ਰਿਹਾ ਸਾਰੀਆਂ ਸੂਹਾਂ ਇਹ ਲੈ ਲੈਂਦਾ ਚੁੱਪਚਾਪ ਸਾਰਿਆਂ ਦੀਆਂ ਗੱਲਾਂ ਸ ਸੁਣ ਕੇ ਆਪਣੇ ਘਰੇ ਆ ਵੜਦਾ ਪਰ ਆਪਦਾ ਢਿੱਡ ਕਦੇ ਨਹੀਂ ਖੋਲਦਾ ਕਿ ਅੰਦਰ ਕੀ ਚੱਲ ਰਿਹਾ ਹੈ ਪਰ ਲੀਡਰਾਂ ਨੂੰ ਫੋਨ ਕਰਕੇ ਜਾਂ ਉਹਨਾਂ ਦੇ ਵਰਕਰਾਂ ਨੂੰ ਫੋਨ ਕਰਕੇ ਭੇਤ ਜ਼ਰੂਰ ਦੇ ਦਿੰਦਾ ਹੈ ਕਿ ਆਹ ਮਹੱਲੇ ਦੇ ਵਿੱਚ ਆਹ ਵੇੜੇ ਦੇ ਵਿੱਚ ਆਹ ਹੋ ਰਿਹਾ ਹੈ ਐਸ ਪਿੰਡ ਦੇ ਵਿੱਚ ਆਹ ਗੱਲਾਂ ਚੱਲ ਰਹੀਆਂ ਨੇ ਕਿ ਐਤ ਕੀ ਲੋਕਾਂ ਦੇ ਵਿੱਚ ਕੀ ਮਾਹੌਲ ਹੈ ਤੇ ਇਹ ਸਾਰੀਆਂ ਜਾਣਕਾਰੀਆਂ ਇਹ ਮੀਸ ਨੇ ਕੈਰੈਕਟਰ ਜਿਹੜੇ ਉਹ ਦੇ ਦਿੰਦੇ ਨੇ ਤੇ ਵੋਟਾਂ ਪਾਉਣ ਵਾਲੇ ਦਿਨ ਪਤਾ ਹੀ ਨਹੀਂ ਲੱਗਦਾ ਕਿ ਅਜਿਹੇ ਬੰਦੇ ਕਦੋਂ ਵੋਟ ਪਾਇਆ ਏ ਤੇ ਕਿਹਨੂੰ ਪਾਇਆ ਏ ਦੇ ਵਿੱਚ ਹੱਕ ਵੀ ਹੁੰਦਾ ਹੈ ਕਿ ਤੁਸੀਂ ਆਪਣੀ ਵੋਟ ਦਾ ਭੇਤ ਕਿਸੇ ਨੂੰ ਨਾ ਦਿਓ ਇਹ ਤੁਹਾਡਾ ਹੱਕ ਵੀ ਬਣਦਾ ਹੈ ਇੱਕ ਹੋਰ ਨਾਗਰਿਕ ਹੁੰਦੇ ਨੇ ਇਹ ਅਸਲ ਦੇ ਵਿੱਚ ਲੀਡਰ ਹੀ ਹੁੰਦੇ ਨੇ ਪਰ ਸਾਬਕਾ ਲੀਡਰ ਹੁੰਦੇ ਨੇ ਸਿਸਟਮ ਤੋਂ ਅੱਕੇ ਹੋਏ ਲੀਡਰ ਲੀਡਰਾਂ ਦੇ ਪਿੱਛੇ ਲੱਗ ਕੇ ਆਪਣਾ ਝੁੱਗਾ ਚੌੜ ਕਰਾ ਚੁੱਕੇ ਇਮਾਨਦਾਰ ਵਰਕਰ ਉਹਨਾਂ ਪਿੱਛੇ ਆਪਣਾ ਸਭ ਕੁਝ ਗਵਾਉਣ ਵਾਲੇ ਹੁੰਦੇ ਨੇ ਇਹ ਲੋਕ ਇਹ ਲੋਕ ਪਹਿਲਾਂ ਤਾਂ ਬੇਵਕੂਫ ਬਣਦੇ ਰਹੇ ਕਈ ਸਾਲਾਂ ਤੱਕ ਤੇ ਹੁਣੇ ਬੇਵਕੂਫ ਬਣਾਉਂਦੇ ਨੇ ਲੀਡਰਾਂ ਨੂੰ ਪਿੰਡਾਂ ਦੇ ਵਿੱਚ ਅਜਿਹੇ ਕੈਰੇਕਟਰ ਹੁੰਦੇ ਨੇ ਲੀਡਰਾਂ ਨੂੰ ਉਹਨਾਂ ਦੇ ਵਰਕਰਾਂ ਨੂੰ ਇਹ ਬੇਵਕੂਫ ਬਣਾਉਂਦੇ ਨੇ ਜਦੋਂ ਇਹਨਾਂ ਨੂੰ ਫੋਨ ਆਉਂਦਾ ਕਿ ਮਾਹੌਲ ਕੀ ਐ ਤਾਂ ਹਰੇਕ ਪਾਰਟੀ ਦੇ ਲੀਡਰ ਨੂੰ ਉਮੀਦਵਾਰ ਨੂੰ ਇੰਨੀ ਕੁ ਫੂਕ ਛਕਾਉਂਦੇ ਨੇ ਬੇਵਕੂਫ ਬਣਾਉਂਦੇ ਨੇ ਬਸ ਪੁੱਛੋ ਹੀ ਨਾ ਅਗਲੇ ਬੰਦੇ ਨੂੰ ਸਿੱਧੀ ਵਿਧਾਨ ਸਭਾ ਦੀ ਕੁਰਸੀ ਦਿਖਣ ਲਾ ਦਿੰਦੇ ਨੇ ਜਾਂ ਕਹਿ ਸਕਦੇ ਆ ਕਿ ਮੰਤਰੀ ਦੀ ਜਿਹੜੀ ਲਾਲ ਬੱਤੀ ਵਾਲੀ ਕੁਰਸੀ ਇਹਨਾਂ ਉਮੀਦਵਾਰਾਂ ਨੂੰ ਦਿਖਣ ਲੱਗ ਜਾਂਦੀ ਹੈ ਇਹੋ ਜਿਹੇ ਬੰਦਿਆਂ ਨਾਲ ਫੋਨ ਤੇ ਗੱਲ ਕਰਕੇ ਖੈਰ ਬਹੁਤ ਤਰ੍ਹਾਂ ਦੇ ਕੈਰੈਕਟਰ ਨੇ ਜਿਹੜੇ ਵੋਟਾਂ ਵੇਲੇ ਆਪਾਂ ਨੂੰ ਦਿਖਦੇ ਨੇ ਜਦੋਂ ਤੁਸੀਂ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਰਹਿੰਨੇ ਹੋ ਜਦੋਂ ਤੁਸੀਂ ਪੱਤਰਕਾਰ ਬਣ ਕੇ ਵਿਚਰਦੇ ਹੋ ਉਦੋਂ ਵੀ ਤੁਹਾਨੂੰ ਬਹੁਤ ਸਾਰੀਆਂ ਜਾਣਕਾਰੀਆਂ ਮਿਲਦੀਆਂ ਰਹਿੰਦੀਆਂ ਨੇ ਖੈਰ ਸਾਰੀਆਂ ਦੀਆਂ ਗੱਲਾਂ ਕਰਨ ਲੱਗਾਂਗੇ ਤਾਂ ਬਹੁਤ ਸਮਾਂ ਜ਼ਾਇਆ ਹੋ ਜਾਣਾ ਹੈ ਕਿਉਂਕਿ ਅੱਜ ਗੱਲਾਂបਾਤਾਂ ਹੀ ਕਰ ਰਹੇ ਹਾਂ ਅੱਜ ਸਾਡਾ ਵੀ ਨਹੀਂ ਮਨ ਕਰ ਰਿਹਾ ਕਿ ਅੰਕੜਿਆਂ ਦੇ ਨਾਲ ਤੁਹਾਨੂੰ ਜਾਣਕਾਰੀ ਦੇਈਏ ਅੱਜ ਤੁਸੀਂ ਲਾਈਟ ਮੋਡ ਦੇ ਵਿੱਚੋਂ ਤਾਂ ਅਸੀਂ ਵੀ ਰਿਲੈਕਸ ਮੋਡ ਦੇ ਵਿੱਚ ਹਾਂ ਤੇ ਜੋ ਗੱਲਾਂਬਾਤਾਂ ਅਸੀਂ ਸੁਣੀਆਂ ਆਪਣੇ ਕੰਨਾਂ ਦੇ ਨਾਲ ਜਾਂ ਦੇਖੀਆਂ ਉਹ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਖੈਰ ਲੋਕਾਂ ਦੀ ਗੱਲ ਤਾਂ ਆਪਾਂ ਕਰ ਲਈ ਲੀਡਰਾਂ ਦੀ ਵੀ ਗੱਲ ਕਰ ਲੈਣੇ ਆ ਕਿਉਂਕਿ ਲੀਡਰ ਅੱਜ ਪੂਰੀ ਫੀਡਬੈਕ ਲੈ ਰਹੇ ਨੇ ਕਿਥੇ ਕੀ ਬਣਿਆ ਕਿਹੜੀ ਸੀਟ ਤੇ ਕੀ ਮਾਹੌਲ ਹੈ ਮੈਨੂੰ ਕਿੰਨੀਆਂ ਵੋਟਾਂ ਪੈ ਸਕਦੀਆਂ ਨੇ ਸਾਰੇ ਜਿਹੜੇ ਉਹ ਆਪਣੇ ਹਸਪਤਾ ਬੁਲਾ ਰਹੇ ਨੇ VOTER ਸੂਚੀ ਹੱਥ ਵਿੱਚ ਲੈ ਕੇ ਵੋਟਾਂ ਦਾ ਜਿਹੜਾ ਜੋੜ ਤੋੜ ਲਾਇਆ ਸੀਗਾ ਵੋਟਾਂ ਪੈਣ ਤੋਂ ਪਹਿਲਾਂ ਉਹ ਕਿੰਨਾ ਕੁ ਸਹੀ ਸਿੱਧ ਹੋਊਗਾ ਉਸਤੇ ਹੁਣ ਆਪਣੀਆਂ ਭਵਿੱਖ ਬਾਣੀਆਂ ਦੇ ਰਹੇ ਨੇ ਆਪੋ ਆਪਣੇ ਵਰਕਰਾਂ ਨੂੰ ਮਿਲ ਰਹੇ ਨੇ ਧੰਨਵਾਦ ਕਰ ਰਹੇ ਨੇ ਪਰਿਵਾਰਾਂ ਦੇ ਨਾਲ ਵੀ ਸਮਾਂ ਬਤਾ ਰਹੇ ਨੇ ਸਾਰੇ ਜਿਹੜੇ ਵੱਡੇ ਲੀਡਰ ਨੇ ਪੰਜਾਬ ਦੇ ਹੌਟ ਸੀਟਾਂ ਦੇ ਲੀਡਰ ਵਿਕਰਮ ਸਿੰਘ ਮਜੀਠੀਆ ਨਵਜੋਤ ਸਿੰਘ ਸਿੱਧੂ ਇਹਨਾਂ ਨੇ ਧੰਨਵਾਦ ਕੀਤਾ ਹੈ ਨਵਜੋਤ ਸਿੰਘ ਸਿੱਧੂ ਨੇ ਪੰਜਾਬ ਦੇ ਹਰ VOTER ਦਾ ਧੰਨਵਾਦ ਕੀਤਾ ਹੈ ਜਿਨ੍ਹਾਂ ਨੇ ਵੋਟਾਂ ਪਾਈਆਂ ਨੇ ਵਿਕਰਮ ਸਿੰਘ ਮਜੀਠੀਆ ਨੇ ਵੀ ਲੋਕਾਂ ਦਾ ਧੰਨਵਾਦ ਕੀਤਾ ਹੈ ਤੇ ਨਾਲ ਹੀ ਆਪਣੇ ਵਰਕਰ ਜਿਹੜੇ ਪੂਰਾ ਸਮਾਂ ਡਟੇ ਰਹੇ ਵਿਕਰਮ ਸਿੰਘ ਮਜੀਠੀਆ ਦੇ ਨਾਲ ਉਹਨਾਂ ਦਾ ਧੰਨਵਾਦ ਕੀਤਾ ਸੁਭੀਰ ਸਿੰਘ ਬਾਦਲ ਨੇ ਕੱਲ ਹੀ ਧੰਨਵਾਦ ਕਰ ਦਿੱਤਾ ਸੀ ਚਰਨਜੀਤ ਸਿੰਘ ਚੰਨੀ ਨੇ ਆਪਣੇ ਸੋਸ਼ਲ ਮੀਡੀਆ ਤੇ ਹਲੇ ਤੱਕ ਕੋਈ ਪੋਸਟ ਨਹੀਂ ਪਾਈ ਹੈ ਲੱਗਦਾ ਹੈ ਜ਼ਿਆਦਾ ਥੱਕ ਗਏ ਨੇ ਤੇ ਹੋਰ ਵੀ ਬਹੁਤ ਸਾਰੇ ਲੀਡਰ ਨੇ ਜਿਹੜੇ ਵੋਟਰਾਂ ਦਾ ਧੰਨਵਾਦ ਕਰ ਰਹੇ ਨੇ ਤੇ ਹੁਣ ਆਪਾਂ ਗੱਲ ਕਰਦੇ ਹਾਂ ਕਿ ਅੱਜ ਚਰਚਾ ਕੀ ਚੱਲ ਰਹੀ ਹੈ ਵੋਟਾਂ ਜਦੋਂ ਤੋਂ ਨਿਬੜੀਆਂ ਨੇ ਕੱਲ ਤੋਂ ਲੈ ਕੇ ਅੱਜ ਤੱਕ ਚਰਚਾ ਕੀ ਚੱਲ ਰਹੀ ਹੈ ਸਰਕਾਰ ਨੂੰ ਲੈ ਕੇ ਲੋਕ ਤੇ ਲੀਡਰ ਕੀ ਟੇਵੇ ਲਾ ਰਹੇ ਨੇ ਉਹ ਆਪਾਂ ਇੱਕ ਨਿਗਾ ਮਾਰਦੇ ਆ ਬਿਲਕੁਲ ਲੋਕਾਂ ਦੇ ਵਿੱਚ ਜੋ ਗੱਲਾਂ ਚੱਲ ਰਹੀਆਂ ਨੇ ਲੀਡਰਾਂ ਦੇ ਵਿੱਚ ਜੋ ਗੱਲਾਂ ਚੱਲ ਰਹੀਆਂ ਨੇ ਜਿਹੜੀਆਂ ਆਪਾਂ ਕੰਨਾਂ ਦੇ ਨਾਲ ਸੁਣੀਆਂ ਨੇ ਉਹ ਗੱਲਾਂ ਕਰਦੇ ਆ ਤੇ ਸਭ ਤੋਂ ਪਹਿਲੀ ਗੱਲ ਜਿਹੜੀ ਚੱਲ ਰਹੀ ਹੈ ਸਰਕਾਰ ਬਣਾਉਣ ਨੂੰ ਲੈ ਕੇ ਜਿਹੜੇ ਲੋਕ ਬਦਲਾਅ ਦੀ ਗੱਲ ਕਰ ਰਹੇ ਨੇ ਉਹਨਾਂ ਦੇ ਮੂੰਹੋਂ ਜੇ ਗੱਲ ਸੁਣੀਏ ਤਾਂ ਉਹ ਕਹਿੰਦੇ ਨੇ ਕਿ ਆਮ ਆਦਮੀ ਪਾਰਟੀ ਦੀ ਪੱਕਾ ਹੀ ਸਰਕਾਰ ਬਣੂਗੀ ਕਲੀਨ ਸਵੀਪ ਸਰਕਾਰ ਬਣੂਗੀ 59 ਤੋਂ ਵੱਧ ਸੀਟਾਂ ਲੈ ਕੇ ਜਾਊਗੀ ਪਿਛਲੀ ਵਾਰੀ ਆਮ ਆਦਮੀ ਪਾਰਟੀ ਨੂੰ 20 ਸੀਟਾਂ ਮਿਲੀਆਂ ਸੀ ਐਤਕੀ 20 ਤੋਂ ਸਿੱਧਾ ਜਿਹੜਾ ਹੈਗਾ 40 ਸੀਟਾਂ ਵੱਧ ਲੈ ਕੇ 60 ਦੇ ਅੰਕੜੇ ਤੇ ਪਹੁੰਚੂਗੀ ਕਿ ਨਹੀਂ ਪਹੁੰਚੂਗੀ ਇਹ ਤਾਂ ਹੁਣ ਵੋਟਰਾਂ ਦੇ ਹੱਥ ਵਿੱਚ ਹੈ ਤੇ ਜਿਹੜੀਆਂ ਮਸ਼ੀਨਾਂ ਈਵੀਐਮ ਨੇ ਉਹਨਾਂ ਦੇ ਅੰਦਰ ਇਹ ਜਾਣਕਾਰੀ ਲੁਕੀ ਪਈ ਹੈ ਦੂਜੀ ਜਿਹੜੀ ਚਰਚਾ ਚੱਲ ਰਹੀ ਹੈ ਉਹ ਇਹ ਵੀ ਹੈ ਕਿ ਆਮ ਆਦਮੀ ਪਾਰਟੀ ਵੱਧ ਤੋਂ ਵੱਧ 40 ਸੀਟਾਂ ਤੇ ਸਿਮਟ ਕੇ ਰਹਿ ਜੂਗੀ 20 ਤੋਂ ਬਾਅਦ ਜੇ ਦੇਖ ਲਈਏ 5 ਸਾਲਾਂ ਦੇ ਵਿੱਚ 20 ਸੀਟਾਂ ਹੋਰ ਗੇਨ ਕਰਨ ਦੇ ਸਮਰੱਥ ਹੋਈ ਆ ਆਮ ਆਦਮੀ ਪਾਰਟੀ ਸਰਕਾਰ ਨਹੀਂ ਬਣਾ ਸਕਦੀ ਵੱਧ ਤੋਂ ਵੱਧ ਜੇ ਕਹਦੇ ਤਾਂ 40 ਤੋਂ 45 ਸੀਟਾਂ ਲੈ ਸਕਦੀ ਹੈ ਇਹ ਲੋਕਾਂ ਦੇ ਵਿੱਚ ਚਰਚਾ ਚੱਲ ਰਹੀ ਹੈ ਲੋਕ ਕਹਿ ਰਹੇ ਨੇ ਕਿ ਜਰਵਿੰਦ ਕੇਜਰੀਵਾਲ ਆਪਣੇ ਮੂੰਹੋਂ ਕਹਿ ਰਹੇ ਨੇ ਕਿ 60 ਸੀਟਾਂ ਤਾਂ ਸਾਡੀਆਂ ਪੱਕੀਆਂ ਨੇ ਤੁਸੀਂ ਸਾਨੂੰ 80 ਤੇ ਜਿਤਾਓ ਜੇ ਅਰਵਿੰਦ ਕੇਜਰੀਵਾਲ ਆਪਣੇ ਮੂੰਹੋਂ 60 ਕਹਿ ਰਹੇ ਨੇ ਤਾਂ ਇਹਦਾ ਮਤਲਬ ਹੈ ਕਿ 30 ਸੀਟਾਂ ਲੈ ਕੇ ਜਾਣਗੇ ਸੋ ਲੋਕਾਂ ਦੇ ਆਪੋ ਆਪਣੇ ਵਿਚਾਰ ਨੇ ਉਸ ਤਰੀਕੇ ਦੇ ਨਾਲ ਉਹ ਕਹਿ ਰਹੇ ਨੇ ਆਮ ਆਦਮੀ ਪਾਰਟੀ ਦੇ ਲੀਡਰ ਕਾਫੀ ਹੌਸਲੇ ਦੇ ਵਿੱਚ ਨੇ ਉਹਨਾਂ ਨੂੰ ਵੀ ਲੱਗਦਾ ਹੈ ਕਿ ਸਾਡੀ ਹੀ ਸਰਕਾਰ ਬਣੂ ਇੱਕ ਫਿਰ ਇਹ ਵੀ ਚਰਚਾ ਚੱਲ ਰਹੀ ਹੈ ਕਿ ਕਾਂਗਰਸ ਐਤਕੀ ਵੀ ਰਿਪੀਟ ਕਰ ਜੂ ਦਬਲ ਕੇ ਲੈ ਜਾਊਗੀ ਤੇ 59 ਸੀਟਾਂ ਤੱਕ ਚੱਲੇ ਜਾਣਾ ਹੈ ਕਾਂਗਰਸ ਨੇ ਕੋਈ ਕਹਿ ਰਿਹਾ ਹੈ ਕਿ 50% ਜਨਤਾ ਤੱਕ ਹੀ ਬ੍ਰੇਕਾਂ ਲੱਗ ਜਾਣੀਆਂ ਕਾਂਗਰਸ ਦੀਆਂ ਤੇ ਕਾਂਗਰਸ ਦੇ ਨਾਲ ਨਾ ਆਮ ਆਦਮੀ ਪਾਰਟੀ ਨੇ ਗੱਠਜੋੜ ਕਰਨਾ ਹੈ ਨਾ ਭਾਜਪਾ ਨੇ ਕਰਨਾ ਹੈ ਨਾ ਅਕਾਲੀਆਂ ਨੇ ਕਰਨਾ ਹੈ ਤੇ ਕਾਂਗਰਸ ਇੰਨੀਆਂ ਸੀਟਾਂ ਲੈਣ ਦੇ ਬਾਵਜੂਦ ਵੀ ਵਿਰੋਧੀਆਂ ਦੇ ਹੱਥੋਂ ਚਿਤ ਹੋ ਕੇ ਰਹਿ ਜਾਊਗੀ ਤੇ ਸਰਕਾਰ ਹੈ ਜਿਹੜਾ ਵਿਰੋਧੀ ਧੜੇ ਸਾਰੇ ਇਕੱਠੇ ਹੋ ਕੇ ਬਣਾ ਜਾਣਗੇ ਇਹ ਚਰਚਾ ਜਿਹੜੀ ਉਹ ਵੱਡੇ ਪੱਧਰ ਤੇ ਚੱਲ ਰਹੀ ਹੈ ਵੱਡੇ ਵੱਡੇ ਪੱਤਰਕਾਰ ਵੀ ਆਪਣੀ ਇਹੀ ਰਾਏ ਦੇ ਰਹੇ ਨੇ ਤੇ ਕੋਈ ਕਹਿ ਰਿਹਾ ਹੈ ਕਿ ਸਰਕਾਰ ਜਿਵੇਂ ਕਿਵੇਂ ਕਰਕੇ ਐਤਕੀ ਅਕਾਲੀ ਹੀ ਬਣਾਉਣਗੇ ਸੁਖਬੀਰ ਸਿੰਘ ਬਾਦਲ ਪੰਜਾਬ ਦੇ ਮੁੱਖ ਮੰਤਰੀ ਹੋਣਗੇ ਤੇ ਅਕਾਲੀਆਂ ਦੀ ਸਰਕਾਰ ਬਣ ਹੀ ਜਾਣੀ ਹੈ ਸਮੀਕਰਨ ਇਨ ਇੱਕ ਬਦਲੇ ਨੇ ਆਉਂਦੇ ਪਿਛਲੇ 2 ਦਿਨਾਂ ਦੇ ਵਿੱਚ ਜੋ ਵੋਟਾਂ ਪੈਣੀਆਂ ਸੀ ਇਹ ਖਿਰੇ ਦੋ ਦਿਨਾਂ ਦੇ ਵਿੱਚ ਕਹਿੰਦੇ بڑے ਸਮੀਕਰਨ ਬਦਲੇ ਨੇ ਤੇ ਅਕਾਲੀ ਦਲ ਨੇ ਜੋੜ-ਤੋੜ ਕਰਕੇ ਆਪਣੀ ਸਰਕਾਰ ਬਣਾ ਲੈਣੀ ਹੈ ਕਲੀਅਰ ਮੈਜੋਰਟੀ ਤਾਂ ਨਹੀਂ ਲੈ ਕੇ ਜਾ ਸਕਦੀ ਅਕਾਲੀ ਦਲ ਪਾਰਟੀ ਪਰ ਗੱਠਜੋੜ ਹੋ ਜਾਊਗਾ ਆਪਣੇ ਪੁਰਾਣੇ ਪਾਈਵਾਲਾਂ ਦੇ ਨਾਲ ਕਹਿੰਦੇ ਅਕਾਲੀ ਦਲ ਦੇ ਲੀਡਰ ਮਿਲ ਜਾਣਗੇ ਭਾਜਪਾ ਦੇ ਨਾਲ ਮਿਲ ਜਾਣਗੇ ਤੇ ਇੱਥੋਂ ਤੱਕ ਵੀ ਚਰਚਾ ਹੋ ਰਹੀ ਹੈ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਆਮ ਆਦਮੀ ਪਾਰਟੀ ਵੀ ਅਕਾਲੀ ਭਾਜਪਾ ਨਾਲ ਗੱਠਜੋੜ ਕਰ ਸਕਦੀ ਹੈ ਐਤਕੀ ਤੁਸੀਂ ਦੇਖੋ ਕਿ ਇਹ ਜਿਹੜੇ 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 ਤੇਵੇ ਹੁੰਦੇ ਜਿਹੜੀਆਂ ਸੰਭਾਵਨਾਵਾਂ ਲਾਈਆਂ ਜਾਂਦੀਆਂ ਨੇ ਉਹ ਕੋਈ ਐਵੇਂ ਨਹੀਂ ਲਾਈਆਂ ਜਾਂਦੀਆਂ ਮਾਹੌਲ ਦੇਖ ਕੇ ਲਾਉਂਦੇ ਨੇ ਸਿਆਸੀ ਪੰਡਤ ਵੀ ਅਰਵਿੰਦ ਕੇਜੀਵਾਲ ਹੋਣ ਜਾਂ ਭਗਵੰਤ ਮਾਨ ਜੀ ਇਹਨਾਂ ਦੇ ਪ੍ਰਚਾਰ ਨੂੰ ਤੁਸੀਂ ਸੁਣ ਲਓਗੇ ਜੇ ਇਹਨਾਂ ਦੀਆਂ ਤਕਰੀਰਾਂ ਸੁਣ ਲਓਗੇ ਸਿੱਧਾ ਨਿਸ਼ਾਨਾ ਐਤਕੀ ਕਾਂਗਰਸ ਤੇ ਲੱਗਦਾ ਸੀ ਬੀਜੇਪੀ ਨੂੰ ਉਦੋਂ ਲਪੇਟੇ ਚ ਲਿਆ ਜਾਂਦਾ ਸੀ ਜਦੋਂ ਪੱਤਰਕਾਰ ਸਵਾਲ ਪੁੱਛਦੇ ਸੀ ਤੇ ਦੂਸਰਾ ਜਿਹੜਾ ਹੈਗਾ ਅਕਾਲੀ ਦਲ ਅਕਾਲੀ ਦਲ ਆਮ ਆਦਮੀ ਪਾਰਟੀ ਨੂੰ ਬੜਾ ਘੇਰਦਾ ਰਿਹਾ ਅਕਾਲੀ ਦਲ ਨੇ ਤਾਂ ਕੇਜਰੀਵਾਲ ਦੇ ਝੂਠ ਨੰਬਰ 1 2 3 ਕਰਕੇ ਇੱਕ ਸੀਰੀਜ਼ ਵੀ ਸ਼ੁਰੂ ਕੀਤੀ ਹੋਈ ਸੀ ਕੇਜਰੀਵਾਲ ਦੇ ਪਿੱਛੇ ਅਕਾਲੀ ਦਲ ਪੂਰਾ ਪਿਆਸੀ ਪਰ ਕੇਜਰੀਵਾਲ ਸਾਹਿਬ ਅਕਾਲੀ ਦਲ ਨੂੰ ਇੰਨਾ ਨਹੀਂ ਦਬਲਦੇ ਸੀਗੇ ਵਿਕਰਮ ਜੀਠਿਆ ਦੀ ਗ੍ਰਿਫਤਾਰੀ ਹੁੰਦੀ ਹੈ ਉਦੋਂ ਵੀ ਕੋਈ ਖਾਸ ਬਹੁਤੇ ਵੱਡੇ ਬਿਆਨ ਨਹੀਂ ਦਿੱਤੇ ਗਏ ਨਸ਼ੇ ਨੂੰ ਲੈ ਕੇ ਪਾਰਟੀ ਦੇ ਮੂੰਹ ਐਤ ਕੀ ਸੌਂਤੇ ਹੀ ਲੱਗਦੇ ਸੀ ਸੋ ਇਹਨਾਂ ਸਾਰੀਆਂ ਗੱਲਾਂ ਨੂੰ ਦੇਖਦੇ ਹੋਏ ਸਿਆਸੀ ਪੰਡਤੇ ਟਿਵੇ ਲਾ ਰਹੇ ਨੇ ਕਿ ਆਮ ਆਦਮੀ ਪਾਰਟੀ ਭਾਜਪੀ ਤੇ ਕਾਲੀਦਾਲੀ ਗੱਠ ਜੋੜ ਕਰ ਸਕਦੇ ਨੇ ਜੇ ਕਾਂਗਰਸ ਕੋਲ ਮжоਰਿਟੀ ਸੀਟਾਂ ਨਾ ਆਈਆਂ ਕਿਉਂਕਿ ਜੇ ਕਾਂਗਰਸ ਨੇ 59 ਜਿੱਤ ਲਈਆਂ ਫਿਰ ਤਾਂ ਉਹਨਾਂ ਨੂੰ ਸਰਕਾਰ ਬਣਾਉਣ ਤੋਂ ਕੋਈ ਰੋਕ ਨਹੀਂ ਸਕਦਾ ਪਰ ਜੇ ਪੇਚ ਫਸ ਗਿਆ ਥੋੜੀਆਂ ਸੀਟਾਂ ਘਟ ਰਹੀਆਂ ਤਾਂ ਫਿਰ ਕੁਝ ਵੀ ਹੋ ਸਕਦਾ ਹੈ ਇੱਕ ਚਰਚਾ ਇਹ ਚੱਲ ਰਹੀ ਹੈ ਕਿ ਕੇਂਦਰ ਸਰਕਾਰ ਨੂੰ ਪਤਾ ਹੈ ਕਿ ਭਾਜਪਾ ਨੂੰ ਪੰਜਾਬ ਦੇ ਵਿੱਚੋਂ ਕੋਈ ਬਹੁਤੀਆਂ ਸੀਟਾਂ ਨਹੀਂ ਆਉਣ ਵਾਲੀਆਂ ਚਾਰ ਸੀਟਾਂ ਜਿਹੜੀਆਂ ਹੈਗੀਆਂ ਨੇ ਉਹ ਪੱਕੀਆਂ ਆ ਸਕਦੀਆਂ ਨੇ ਆਮ ਲੋਕ ਵੀ ਮੰਨਦੇ ਨੇ ਕੁਝ ਕ ਸੀਟਾਂ ਹੈਗੀਆਂ ਨੇ ਜਿਹੜੀਆਂ ਭਾਜਪਾ ਲਾ ਸਕਦੀ ਹੈ ਪਰ ਬੀਜੇਪੀ ਕਹਿ ਰਹੀ ਹੈ ਕਿ 7 ਸੀਟਾਂ ਸਾਡੀਆਂ ਪੱਕੀਆਂ ਨੇ ਹਾਲਾਂਕਿ ਜਨਤਕ ਤੌਰ ਤੇ ਤਾਂ ਉਹ ਹੀ ਕਹਿੰਦੇ ਨੇ ਕਿ ਸਾਡੀ ਸਰਕਾਰ ਬਣੂਗੀ ਪਰ ਜੋ ਸਚਾਈ ਹੈ ਅੰਦਰ ਖਾਤੇ ਉਹਨਾਂ ਨੂੰ ਪਤਾ ਉਹ ਕਹਿ ਰਹੇ ਨੇ ਕਿ 7 ਆਉਣ ਗਿਆ ਸੋ ਸਾਡੀ ਜਿਹੜੀ ਜਾਣਕਾਰੀ ਹੈ ਸਾਡੇ ਸੂਤਰਾਂ ਦੇ ਮੁਤਾਬਿਕ 6 ਇੱਕ ਸੀਟਾਂ ਬੀਜੇਪੀ ਲਾ ਜਾ ਸਕਦੀ ਹੈ ਤੇ ਜੇ ਬੀਜੇਪੀ ਗੱਠ ਜੋੜ ਕਰਕੇ ਵੀ ਸੱਤਾ ਵਿੱਚ ਆਉਣ ਤੋਂ ناکਾਮਯਾਬ ਰਹਿੰਦੀ ਹੈ ਤੇ ਕਾਂਗਰਸ ਨੂੰ ਵੀ 58 ਸੀਟਾਂ ਨਹੀਂ ਮਿਲਦੀਆਂ ਤਾਂ ਪੰਜਾਬ ਦੇ ਵਿੱਚ ਲੱਗੂਗਾ ਰਾਸ਼ਟਰਪਤੀ ਰਾਜ ਤੇ ਕੇਂਦਰ ਸਰਕਾਰ ਇਸੇ ਤਰ੍ਹਾਂ ਪੰਜਾਬ ਦਾ ਮਾਹੌਲ ਬਣਾ ਕੇ ਲਗਾ ਰੱਖੇਗੀ ਇੱਥੇ ਰਾਸ਼ਟਰਪਤੀ ਰਾਜ ਲੱਗੇਗਾ ਕੋਈ ਵੀ ਸਰਕਾਰ ਬਣਾਉਣ ਦੇ ਯੋਗ ਨਹੀਂ ਹੋਵੇਗਾ ਇਹ ਵੀ ਇੱਕ ਚਰਚਾ ਜਿਹੜੀ ਉਹ ਚੱਲ ਰਹੀ ਹੈ ਇੱਕ ਦੋ ਹੋਰ ਚਰਚਾਵਾਂ ਨੇ ਕਿ ਸਿਮਰਨਜੀਤ ਸਿੰਘ ਮਾਨ ਐਤ ਕੀ ਅਮਰਗੜ ਵਾਲੀ ਸੀਟ ਕੱਢ ਜਾਣਗੇ ਵਿਧਾਨ ਸਭਾ ਵਾਲੀ ਕੁਰਸੀ ਤੇ ਬੈਠਣ ਦਾ ਮੌਕਾ ਉਹਨਾਂ ਨੂੰ ਜ਼ਰੂਰ ਮਿਲੇਗਾ ਅਮਰਸਰ ਪੂਰਬੀ ਸੀਟ ਤੋਂ ਮਜੀਠੀਆ ਦੇ ਹਾਰਨ ਦੀਆਂ ਖਬਰਾਂ ਮਿਲ ਰਹੀਆਂ ਨੇ ਨਵਜੋਤ ਸਿੰਘ ਸਿੱਧੂ ਜਿੱਤਣਗੇ ਤੇ ਕੋਈ ਕੋਈ ਤਾਂ ਵੱਡੇ ਪੱਤਰਕਾਰੇ ਵੀ ਕਹਿ ਰਹੇ ਨੇ ਕਿ ਮਜੀਠੀਆ ਦੋਵੇਂ ਸੀਟਾਂ ਤੋਂ ਵੀ ਹਾਰ ਸਕਦੇ ਨੇ ਕੈਪਟਨ ਅਮਰਿੰਦਰ ਸਿੰਘ ਨੇ ਪੂਰੀ ਵਾਹ ਲਾਈ ਹੈ ਬੜੀਆਂ ਖਬਰਾਂ ਸਾਨੂੰ ਮਿਲੀਆਂ ਨੇ ਕਿ ਪਟਿਆਲੇ ਦੇ ਵਿੱਚ ਬੜਾ ਪੈਸਾ ਡਿੱਗਿਆ ਬਹੁਤ ਤੋਹਫੇ ਡਿੱਗੇ ਨੇ ਬਹੁਤ ਲੋਕਾਂ ਦੇ ਕਰਜ਼ੇ ਨੇ ਜਿਹੜੇ ਉਹ ਉੱਤਰ ਗਏ ਨੇ ਬਹੁਤ ਲੋਕਾਂ ਨੂੰ ਸਾਫ਼ ਪਾਣੀ ਪੀਣ ਦੇ ਜਿਹੜੇ ਸਮਾਨ ਉਹ ਮਿਲ ਗਏ ਨੇ ਤੇ ਕੈਪਟਨ ਸਾਹਿਬ ਦੀ ਜਿੱਤ ਹੈ ਜਿਹੜੀ ਉਹ ਵੀ ਹੁੰਦੀ ਦਿਖਾਈ ਦੇ ਰਹੀ ਹੈ ਸੋ ਇੱਕ ਸ਼ਗੂਫੇ ਵਿੱਚ ਛੱਡੇ ਜਾ ਰਹੇ ਨੇ ਸਾਡਾ ਇੱਕ ਗਰੁੱਪ ਹੈ ਪੱਤਰਕਾਰਾਂ ਦਾ WhatsApp ਤੇ ਉੱਥੇ ਇੱਕ ਖਾਸੇ ਠੱਠੇ ਵਾਲਾ ਐਗਜ਼ਿਟ ਪੋਲ ਹੈ ਜਿਹੜਾ ਉਹ ਘੁੰਮ ਰਿਹਾ ਹੈ ਉਹਦੇ ਵਿੱਚ ਇੱਕ ਪੱਤਰਕਾਰ ਭਰਾ ਨੇ ਕਿਹਾ ਕਿ ਸੰਯੁਕਤ ਸਮਾਜ ਮੋਰਚਾ ਸਰਕਾਰ ਬਣਾ ਰਿਹਾ ਹੈ ਕਿਸਾਨਾਂ ਦੀ ਗੱਲ ਕਿਉਂਕਿ ਐਗਜ਼ਿਟ ਪੋਲਸ ਦੇ ਵਿੱਚ ਨਹੀਂ ਹੋ ਰਹੀ ਪਰ ਕਿਸਾਨਾਂ ਦੀ ਗੱਲ ਇੱਕ ਪੱਤਰਕਾਰ ਨੇ ਕੀਤੀ ਹੈ ਕਿ ਸੰਯੁਕਤ ਸਮਾਜ ਮੋਰਚੇ ਨੂੰ ਕਿਸਾਨਾਂ ਦੀ ਪਾਰਟੀ ਨੂੰ 107 ਸੀਟਾਂ ਆਉਣਗੀਆਂ ਕਾਂਗਰਸ ਨੂੰ ਸਿਰਫ ਦੋ ਸੀਟਾਂ ਆਉਣਗੀਆਂ ਆਮ ਆਦਮੀ ਪਾਰਟੀ ਦੋ ਸੀਟਾਂ ਲੈ ਕੇ ਜਾਊਗੀ ਕਾਲੀ ਦਲ ਇੱਕ ਤੇ ਸਿਮਟ ਕੇ ਰਹਿ ਜਾਊਗਾ ਤੇ ਭਾਜਪਾ ਪੰਜ ਸੀਟਾਂ ਲੈ ਕੇ ਜਾਊਗੀ ਸੋ ਐਗਜ਼ਿਟ ਪੋਲ ਹੈ ਕਿ ਰਾਜੇਵਾਲ 12 ਮਾਰਚ ਨੂੰ ਸੌ ਚੁੱਕਣਗੇ ਚੰਡੀਗੜ੍ਹ ਦੇ ਵਿੱਚ ਤੇ ਤੁਸੀਂ ਸਾਰੇ ਇਨਵਾਈਟਡ ਹੋ ਸੋ ਇਸ ਤਰ੍ਹਾਂ ਦੇ ਜਿਹੜੇ ਹਾਸੇ ਠੱਠੇ ਨੇ ਉਹ ਚੱਲ ਰਹੇ ਨੇ ਕਿਉਂਕਿ ਪੱਤਰਕਾਰ ਵੀ ਲਗਾਤਾਰ ਪੂਰੇ ਪੰਜਾਬ ਦੇ ਵਿੱਚ ਭੱਜੇ ਫਿਰਦੇ ਸੀ ਹਰ ਤਰ੍ਹਾਂ ਦੀ ਰਿਪੋਰਟ ਲੈਣ ਦੀ ਕੋਸ਼ਿਸ਼ ਕਰ ਰਹੇ ਸੀ ਤੇ ਉਹ ਵੀ ਹੁਣ ਥੋੜਾ ਰਿਲੈਕਸ ਮੋਡ ਦੇ ਵਿੱਚ ਆ ਗਏ ਨੇ ਸੋ ਸ਼ਰਤਾਂ ਲੱਗ ਰਹੀਆਂ ਨੇ ਅਰਦਾਸਾਂ ਵੀ ਹੋ ਰਹੀਆਂ ਨੇ ਤੇ ਸ਼ਰਤਾਂ ਇਸ ਤਰੀਕੇ ਦੀਆਂ ਲੱਗ ਰਹੀਆਂ ਨੇ ਕਿ ਜੇ ਆਪਣਾ ਇਹ ਉਮੀਦਵਾਰ ਜਿੱਤ ਜਾਂਦਾ ਤਾਂ ਐਤਕੀ ਮੈਂ ਤੁਹਾਨੂੰ ਇੱਥੇ ਖਾਣਾ ਖਵਾਉ ਐਤਕੀ ਮੈਂ ਤੈਨੂੰ ਚੰਡੀ ਸਾਡੇ ਜੀ ਡਬਲਯੂ ਮੈਰਿਟ ਦੇ ਵਿੱਚ ਪਾਰਟੀ देऊ ਤੇ ਜੇ ਮੇਰਾ ਉਮੀਦਵਾਰ ਜਿੱਤ ਜਾਂਦਾ ਹੈ ਆਮ ਲੋਕ ਆਪਸ ਵਿੱਚ ਸ਼ਰਤਾਂ ਲਾ ਰਹੇ ਨੇ ਤਾਂ ਮੇਰੇ ਵੱਲੋਂ ਲਾ ਮੈਰੀਡੀਅਨ ਦੇ ਵਿੱਚ ਪਾਰਟੀ ਹੋਏਗੀ ਕਿਤੇ ਘੁੰਮਣ ਚੱਲਾਂਗੇ ਸਾਰਾ ਖਰਚਾ ਮੈਂ ਕਰੂੰ ਮੇਰੇ ਵੱਲੋਂ ਜੋ ਮਰਜ਼ੀ ਲੈ ਲਿਓ ਸੋ ਇਸ ਤਰ੍ਹਾਂ ਦੀਆਂ ਸ਼ਰਤਾਂ ਨੇ ਜਿਹੜੀਆਂ ਉਹ ਚੱਲ ਰਹੀਆਂ ਨੇ ਤੇ ਲੋਕਾਂ ਦੇ ਲਈ ਹੁਣ ਰਹਿੰਦੇ ਦਿਨ ਮਸਾ ਹੀ ਨਿਕਲਣਗੇ ਕਿਉਂਕਿ ਵਿੱਚ ਕਾਫੀ ਦਿਨ ਨੇ ਕਾਫੀ ਦਿਨ ਇਸ ਕਰਕੇ ਨੇ ਕਿਉਂਕਿ ਪੰਜ ਸੂਬਿਆਂ ਦੇ ਵਿੱਚ ਇਸ ਵੇਲੇ ਵੋਟਾਂ ਪੈ ਰਹੀਆਂ ਨੇ ਤੇ ਕੁਝ ਸੂਬਿਆਂ ਦੇ ਵਿੱਚ ਵੋਟਾਂ ਪੈਣੀਆਂ ਬਾਕੀ ਨੇ ਸਾਰੇ ਸੂਬਿਆਂ ਦਾ ਰਿਜ਼ਲਟ 10 ਮਾਰਚ ਨੂੰ ਆਏਗਾ ਦਾ ਖਾਲਸ ਟੀਵੀ ਤੇ ਅਸੀਂ ਸਵੇਰੇ 7 ਵਜੇ ਤੋਂ ਤੁਹਾਨੂੰ ਲਾਈਵ ਕਵਰੇਜ ਦਿਖਾਵਾਂਗੇ ਪੂਰੀ ਸਟੀਕ ਤੇ ਸਹੀ ਜਾਣਕਾਰੀ ਦੇ ਨਾਲ ਇਲੈਕਸ਼ਨ ਕਮਿਸ਼ਨ ਤੋਂ ਸਿੱਧੀ ਜਾਣਕਾਰੀ ਲੈ ਕੇ ਅਸੀਂ ਤੁਹਾਨੂੰ ਸਾਰੀ ਜਾਣਕਾਰੀ ਇਹ ਜਿਹੜੀ ਉਹ ਵੋਟਾਂ ਵਾਲੇ ਦਿਨ ਦੀ ਦੇਵਾਂਗੇ ਖੈਰ ਉਡੀਕ ਕਰ ਸਕਦੇ ਆ ਉਡੀਕ ਕਰੋ ਗੱਲਾਂ ਬਾਤਾਂ ਕਰੋ ਹੋਰ ਜਿਹੜੀ ਲੋਕ ਚਰਚਾ ਕਰ ਰਹੇ ਨੇ ਉਹਦੇ ਵਿੱਚ ਹਿੱਸਾ ਲਓ ਤੇ ਆਪਣਾ ਟਾਈਮ ਪਾਸ ਕਰਦੇ ਰਹੋ ਧੰਨਵਾਦ